ਨਾਨ ਵੈਜ ਪਿਓਰ ਵੈਜੀਟੇਰੀਅਨ ਜਾਂ ਫਿਰ ਐੱਗੀਟੇਨ ਜਾਂ ਫੇ ਬੀਗਨ ਜਿਹੜੇ ਦੁੱਧ ਵਾਲੇ ਪ੍ਰੋਡਕਟ ਵੀ ਨਹੀਂ ਖਾਂਦੇ ਕਿਹੜੀ ਡਾਈਟ ਮਸਲ ਗੇਨ ਲਈ ਵਧੀਆ ਮਸਲ ਗੇਨ ਦੀ ਗੱਲ ਕਰਨੀ ਕਿਉਂਕਿ ਜੇ ਭਾਰ ਘਟਾਉਣਾ ਫਿਰ ਤਾਂ ਬੀਗਨ ਡਾਈਟ ਨਾਲ ਵੀ ਘਟ ਜਾਂਦਾ ਸੋ ਨਾਨ ਵੈਜ ਓਕੇ ਆ ਪਿਓਰ ਵੈਜੀਟੇਰੀਅਨ ਓਕੇ ਆ ਬੀਗਨ ਡਾਈਟ ਵਿੱਚ ਮਸਲ ਗੇਨ ਨਹੀਂ ਹੋ ਸਕਦੇ ਚੱਕਰ ਇੱਥੇ ਆ ਬੰਦੇ ਨਾ ਪਿਓਰ ਵੈਜੀਟੇਰੀਅਨ ਤੇ ਬੀਗਨ ਵਿੱਚ ਫਰਕ ਹੀ ਨਹੀਂ ਸਮਝਦੇ ਕਿ ਕੀ ਚੀਜ਼ ਆ ਹੁਣ ਆਪਾਂ ਪਿੱਛੇ ਵੀਡੀਓ ਪਾਈ ਸੀ ਉਸ ਦਿਨ ਮੈਂ ਕਿਹਾ ਸੀ ਕਿ ਮੈਂ ਪਿਓਰ ਵੈਜੀਟੇਰੀਅਨ ਹੋ ਗਿਆ। ਕਾਫੀ ਵੀਰਾਂ ਨੇ ਕਿਹਾ ਕਿ ਬਹੁਤ ਵਧੀਆ ਡਿਸੀਜਨ ਲਿਆ ਤੇ ਕੁਝ ਵੀਰਾਂ ਨੇ ਕਿਹਾ ਕਿ ਤੁਸੀਂ ਤਾਂ ਪਹਿਲਾਂ ਕਹਿੰਦੇ ਸੀਗੇ ਕਿ ਪਲਾਂਟ ਫੂਡ ਤੋਂ ਆਪਣੀ ਬਾਡੀ ਨੂੰ ਨਿਊਟ੍ਰੀਐਂਟ ਅਬਜ਼ੌਰਬ ਨਹੀਂ ਕਰਦੀ ਸਾਨੂੰ ਮਾਸ ਮੀਟ ਰੈਡ ਮੀਟ ਖਾਣਾ ਚਾਹੀਦਾ। ਪਰ ਉਹ ਕਨਫਿਊਜ਼ਨ ਇਹ ਹੈ ਕਿ ਮੈਂ ਇਹੀ ਤਾਂ ਕਹਿੰਦਾ ਆ ਰਿਹਾ ਕਿ ਜੇ ਮੰਨ ਲਓ ਹੁਣ ਗਾਇਆਂ ਨੇ ਗਾਇਆਂ ਦੇ ਮਿਲਕ ਤੋਂ ਤੁਹਾਨੂੰ ਸਾਰਾ ਕੁਝ ਮਿਲਦਾ। ਮਿਲਕ ਇੱਕ ਸੰਤੁਲਨ ਭੋਜਨ ਹੈ ਜੇ ਤੁਸੀਂ ਅੱਗੇ ਸੁਣਿਆ ਹੋਊਗਾ। ਗਾਇਆਂ ਕੀ ਕਰਦੀਆਂ ਨੇ ਉਹ ਪਲਾਂਟ ਖਾ ਕੇ ਉਹਨਾਂ ਤੋਂ ਵਧੀਆ ਤੱਤ ਅਬਜ਼ੌਰਬ ਕਰਦੀਆਂ ਉਹਨੂੰ ਗਾਲੀ ਕੱਢਦੇ ਨੇ ਕੱਢਦੇ ਨੇ ਫਿਰ ਉਹਨਾਂ ਦੇ ਮਿਲਕ ਚੋਂ ਆਪਾਂ ਨੂੰ ਸਾਰੀ ਨਿਊਟ੍ਰੀਸ਼ਨ ਆਪ ਨੂੰ ਆਉਂਦੀ ਹੈ ਚਾਹੇ ਮਿਲਕ ਦਾ ਤੁਸੀਂ ਪਨੀਰ ਬਣਾ ਲਓ ਦਹੀਂ ਹੋ ਗਿਆ ਦੁੱਧ ਹੋ ਗਿਆ ਇਟਸੈਲਫ ਬੇ ਪ੍ਰੋਟੀਨ ਹੋ ਗਿਆ ਮਤਲਬ ਉਹ ਸਾਰੀ ਖਾਦੀ ਹੀ ਤੱਤ ਤੁਹਾਨੂੰ ਉਹਨਾਂ ਦੇ ਮਿਲਕ ਪ੍ਰੋਡਕਟਾਂ ਚੋਂ ਹੀ ਆ ਗਏ ਮੈਂ ਕੀ ਕਰਿਆ ਮੈਂ ਮਾਂ ਉਸੇ ਕੱਢਿਆ ਬਾਕੀ ਮੈਂ ਮਿਲਕ ਵਾਲੇ ਪ੍ਰੋਡਕਟ ਤਾਂ ਖਾ ਹੀ ਰਿਹਾ ਹਾਂ ਹੁਣ ਦੇਖੋ ਜਿਹੜਾ ਮਿਲਕ ਆ ਮਿਲਕ ਦਾ ਸਭ ਤੋਂ ਤਕੜਾ ਜਿਹੜਾ IGF1 ਜਿਹੜਾ ਕਿ ਗਰੋਥ ਸਿਗਨਲ ਆ ਤੁਹਾਡੀ ਬੋਡੀ ਦਾ ਮਿਲਕ ਦਾ ਸਭ ਤੋਂ ਵੱਧ ਉਹਦੇ ਤੇ ਇਫੈਕਟ ਆ ਕਈ ਪੁਰਾਣੇ ਬੋਡੀ ਬਿਲਡਰ ਮਿਲਕ ਪੀਂਦੇ ਹੋਲ ਮਿਲਕ ਫੁੱਲ ਫੈਟ ਵਾਲਾ ਜੇ ਮਿਲਕ ਦੇ ਬਣੇ ਪ੍ਰੋਡਕਟ ਤੁਸੀਂ ਲੈਨੇ ਹੋ ਮੈਂ ਤਾਂ ਫੇਰ ਵੀ ਚਲ ਹੁਣ ਐਗੀ ਟਿਨ ਨਾ ਐਗ ਵੀ ਮੈਂ ਆਪਣੀ ਡਾਈਟ ਚ ਐਡ ਕਰ ਰੱਖੇ ਹੋਏ ਨੇ ਤਾਂ ਇਹਦਾ ਮਤਲਬ ਤੁਹਾਡੀ ਬਾਡੀ ਮਸਲ ਗੇਨ ਤੇ ਫੈਟ ਲੌਸ ਬੜੀ ਤਰੀਕੇ ਨਾਲ ਤੁਸੀਂ ਕਰ ਸਕਦੇ ਹੋ ਹੁਣ ਦੇਖੋ ਗੱਲ ਕੀ ਆ ਮੈਂ ਐਗੀ ਟਿਨ ਹੋ ਗਿਆ ਕਿਉਂਕਿ ਹੁਣ ਮੈਂ ਪਹਿਲਾਂ ਇੱਕ ਵੀਡੀਓ ਬਣਾਈ ਸੀ ਕਿ ਤੁਹਾਨੂੰ ਰੈੱਡ ਮੀਟ ਖਾਣਾ ਚਾਹੀਦਾ ਤੇ ਉਸ ਤੋਂ ਬਾਅਦ ਬਹੁਤ ਵੀਰਾਂ ਨੇ ਕਮੈਂਟ ਕਰਿਆ ਕਿ ਅਸੀਂ ਭਾਈ ਐਗ ਵੀ ਨਹੀਂ ਖਾਂਦੇ ਸੀ ਤੁਹਾਡੇ ਕਰਕੇ ਅਸੀਂ ਰੈੱਡ ਮੀਟ ਖਾਣ ਲੱਗੇ ਆ ਪਰ ਹੁਣ ਜਦੋਂ ਮੈਂ ਆਪਣੀ ਡਾਈਟ ਦੇ ਵਿੱਚੋਂ ਰੈੱਡ ਮੀਟ ਜਾਂ ਮਾਸ ਕੱਢਿਆ ਤਾਂ ਮੈਂ ਕਿੱ ਕਿਉਂਕਿ ਜਦੋਂ ਤੁਹਾਨੂੰ ਚਾਰ ਬੰਦੇ ਫਾਲੋ ਕਰਦਨੇ ਨਾ ਥੋੜੀ ਹਰ ਇੱਕ ਗੱਲ ਕਹੀ ਹੋਈ ਅਪਲਾਈ ਕਰਦਨੇ ਤਾਂ ਤੁਹਾਡਾ ਫਰਜ਼ ਬਣਦਾ ਕਿ ਕੋਈ ਵੀ ਤੁਸੀਂ ਚੀਜ਼ ਆਪਣੇ ਤੇ ਜੋ ਚੀਜ਼ ਨਹੀਂ ਕਰ ਰਹੇ ਤਾਂ ਤੁਸੀਂ ਓਪਰਲੀ ਦੱਸੋ ਸੋ ਮੇਰਾ ਇੱਕ ਜਸਟ ਉਹ ਪਰਪਸ ਹੈਗਾ ਕਿ ਮੈਂ ਬਾਕੀ ਸਾਰੀਆਂ ਚੀਜ਼ਾਂ ਕਰ ਰਿਹਾ ਮੈਂ ਮਾਸ ਖਾਣਾ ਬੰਦ ਕਰਿਆ ਇਹ ਕਈ ਵਾਰ ਜਿੰਨੇ ਮੈਂ ਕਿਹਾ ਸੀ ਬਹੁਤ ਬੰਦੇ ਥੋੜੇ ਦੇ ਅੱਖਾਂ ਬੰਦ ਕਰਕੇ ਯਕੀਨ ਕਰਦੇ ਨੇ ਤਾਂ ਤੁਹਾਡਾ ਵੀ ਫਰਜ਼ ਬਣਦਾ ਉੱਥੇ ਕਿ ਤੁਸੀਂ ਜੋ ਚੀਜ਼ ਹੁਣ ਕਰ ਰਹੇ ਹੋ ਉਹ ਓਪਰਲੀ ਸਾਰੇ ਵੀਰਾਂ ਨਾਲ ਸ਼ੇਅਰ ਕਰੋ ਬਾਕੀ ਫਿਰ ਮਰਜੀ ਆ ਕਿਸੇ ਵੀ ਨੇ ਛੱਡਣਾ ਨਾ ਛੱਡਣਾ ਉਹਨਾਂ ਦੀ ਮਰਜ਼ੀ ਮੈਂ ਉਹ ਵੀਡੀਓ 'ਚ ਵੀ ਕਿਹਾ ਸੀਗਾ ਕਿਉਂਕਿ ਹੁਣ ਦੇਖੋ ਕਿਸੇ ਨੇ ਕਿਸੇ ਦੇ ਕਹੇ ਤੇ ਕਈ ਵਾਰ ਨਹੀਂ ਕਰਨਾ ਹੁੰਦਾ ਉਹੀ ਬੰਦੇ ਕਰਦੇ ਨੇ ਜਿਨ੍ਹਾਂ ਦਾ ਥੋੜੇ ਦੇ ਅੱਖਾਂ ਮਤ ਕਰਕੇ ਬਹੁਤ ਜ਼ਿਆਦਾ ਯਕੀਨ ਆ ਤਾਂ ਕਰਕੇ ਉਹਨਾਂ ਨਾਲ ਇਹ ਗੱਲ ਮੈਂ ਸ਼ੇਅਰ ਕਰਨੀ ਸੀ ਹੁਣ ਵੀ ਉਸ ਤੋਂ ਮੈਨੂੰ 20 ਦਿਨ ਹੋ ਗਏ ਮਾ ਛੱਡੇ ਨੂੰ ਮੈਂ ਬਾਕੀ ਸਾਰੇ ਪ੍ਰੋਡਕਟ ਖਾਣਾ ਪਰ ਹੁਣ ਇਹਦੇ ਵਿੱਚ ਦੇਖੋ ਕਿ ਉਸ ਤੋਂ ਬਾਅਦ ਮੇਰੇ ਕੋਲ ਬਹੁਤ ਸਾਰੇ ਕਲਾਇੰਟ ਨਿਊ ਆਏ ਨੇ ਚਾਹੇ ਉਹ ਵੈਜੀਟੇਨ ਹੋਣ ਚਾਹੇ ਨੌਨ ਵੈਜ ਹੁਣ ਸਾਰਿਆਂ ਨੂੰ ਮੈਂ ਪਲਾਨ ਦਿੰਨਾ ਈਵਨ ਕੱਲ ਹੁਣ ਮੇਰੇ ਕੋ ਕਾਫੀ ਜ਼ਿਆਦਾ ਚਿਕਨ ਬ੍ਰੈਸਟਾ ਪਈਆਂ ਨੇ ਹੁਣ ਮੈਂ ਤਾਂ ਖਾਂਦਾ ਨਹੀਂ ਤੇ ਮੇਰੇ ਘਰ ਦੇ ਕਹਿੰਦੇ ਯਾਰ ਖਾਣ ਨੂੰ ਜੀ ਕਰਦਾ ਵੀ ਬਣਾ ਕੇ ਦੇ ਦੇ ਮੈਂ ਬਣਾ ਕੇ ਦਿੱਤੀ ਉਹਨਾਂ ਨੂੰ ਕਿਉਂਕਿ ਆਪਣਾ ਇਹ ਮਤਲਬ ਨਹੀਂ ਯਾਰ ਹਮ ਹਾਥ ਨਹੀਂ ਲਗਾਏਗੇ ਹਮ ਐਸੇ ਨਹੀਂ ਕਰਾਂਗੇ ਉਹ ਸਾਰਾ ਕੁਝ ਓਕੇ ਆ ਮੇਰੇ ਆਪਣੇ ਮਨ ਦੀ ਆ ਮੈਂ ਉਹ ਛੱਡਤਾ ਠੀਕ ਆ ਮੈਂ ਚੀ ਤੁਹਾਡੇ ਨਾਲ ਸ਼ੇਅਰ ਕਰੀਆ ਮੈਂ ਇਹ ਨਹੀਂ ਕਹਣਾ ਕੋਈ ਖਾਵੇ ਨਾ ਖਾਵੇ ਜਿੰਮੇ ਮੈਂ ਕਹਾ ਮੈਂ ਕੱਲ ਵੀ ਉਹਨਾਂ ਨੂੰ ਬਣਾ ਕੇ ਦਿੱਤਾ ਆਪ ਸ਼ਾਇਦ ਤੁਸੀਂ ਸਮਝਦੇ ਹੋਵੋਗੇ ਮੈਂ ਕੀ ਕਹਿਣਾ ਚਾਹ ਰਿਹਾ ਤੁਹਾਨੂੰ ਹੁਣ ਕਈ ਬੰਦੇ ਕਹਿੰਦੇ ਨੇ ਹੁਣ ਜਿੰਮੇ ਮੈਂ ਆ ਹੁਣ ਮਿਲਕ ਮੈਂ ਆਰਗੇ 7-8 ਡਾਲਰ ਦਾ 1 ਜਾਂ 1.5 ਲੀਟਰ ਆਉਂਦਾ ਮਿਲ ਕੋ ਉਹਦੇ ਵਿੱਚੋਂ ਵੀ ਮੈਂ ਫਰੈਸ਼ ਨਿੰਬੂ ਨਿਚੋੜ ਕੇ ਉਹਦੇ ਆਪਣਾ ਪਨੀਰ ਕੱਢਦਾ ਸੋ ਮੈਨੂੰ ਲੱਗਦਾ ਕਿ 1 ਲੀਟਰ ਦੇ ਵਿੱਚੋਂ 130-40 ਕਿ ਗ੍ਰਾਮ ਪਨੀਰ ਮਸਾ ਨਿਕਲਦਾ ਫੂਡ ਹੁਣ ਵੀ ਪੂਰਾ ਸਿਰੇ ਦਾ ਗ੍ਰਾਸ ਫੀਡ ਖਾਈਦਾ ਪਰ ਗੱਲ ਆ ਕਿ ਕੁਆਲਿਟੀ ਦਿਖਾਣ ਦੀ ਕਿ ਕੀ ਕੁਆਲਿਟੀ ਦਾ ਤੁਸੀਂ ਫੂਡ ਖਾ ਰਹੇ ਹੋ ਹੁਣ ਕਈ ਬੰਦੇ ਐਦਾਂ ਵੀ ਕਹਿ ਦਿੰਦੇ ਨੇ ਕਿ ਬਾਈ ਯਾਰ ਆਰਗੈਨਿਕ ਤੇ ਦੂਜੇ ਫੂਡਾਂ ਜਦਾ ਫਰਕ ਹੀ ਨਹੀਂ ਉਦਾਂ ਹੀ ਮਹਗਾ ਲਾਉਂਦੇ ਨੇ ਹੁਣ ਤੁਸੀਂ ਸਪੋਜ਼ ਕਰੋਗੇ ਤੁਸੀਂ ਕਿਸੇ ਗਰੋਸਰੀ ਕਿਸੇ ਫੂਡ ਸਟੋਰ ਤੇ ਆਪਣਾ ਫੂਡ ਲੈਣ ਗਏ ਹੋ ਮਿਲਕ ਲੈਣ ਗਏ ਹੋ ਹੁਣ ਉੱਥੇ ਤੁਹਾਡੇ ਕੋ ਸਾਹਮਣੇ ਜਦੋਂ ਜਾਏਗੇ ਉੱਥੇ ਹੁਣ ਇੱਕ ਤਾਂ 4-5 ਡਾਲਰ ਦੀ ਪਈ ਹੁੰਦੀ ਆ ਗੇਲਨ 4 ਲੀਟਰ ਦੀ ਰੈਗੂਲਰ ਮਿਲਕ ਦੀ ਠੀਕ ਹੈ ਇੱਕ ਪਾਸੇ ਵੀ ਆ 11 ਡਾਲਰ ਦੀ ਗੇਲਨ ਉਹਦੇ ਮੁਕਾਬਲੇ ਉਤੇ ਆਰਗੈਨਿਕ ਲਿਖਿਆ ਹੁਣ ਉਹਦੇ ਵਿੱਚ ਥੋੜੀ ਰਹਿ ਆ ਤੁਹਾਡਾ ਡਿਸੀਜਨ ਆ ਵੀ ਤੁਸੀਂ ਹੱਥ ਪਾ ਕੇ ਕਿਹੜੀ ਗੇਲਨ ਚੱਕਣੀ ਆ ਉੱਥੇ ਤੁਹਾਨੂੰ ਕੋਈ ਕਹਿੰਦਾ ਤਾਂ ਨਹੀਂ ਖੜਾ ਕਿ ਬਈ ਆਹੀ ਆਰਗੈਨਿਕ ਲੈ ਲਓ ਕੋਈ ਨਹੀਂ ਤੁਹਾਨੂੰ ਕਹਿ ਰਿਹਾ ਜਦੋਂ ਇਹ ਹੁੰਦਾ ਕਿ ਯਾਰ ਉੱਥੇ ਕੋਈ ਸਟੋਰ ਤੇ ਖੜਾ ਉਹਨੇ ਜਾਣਦੇ ਦੀ ਆਪਣੀ ਕੈਂਚੀ ਮਰੀ ਕਿ ਬਾਈ ਛੱਡੇ ਉਹਨੋਂ ਨਾ ਟਾਈਮ ਜਿਹੜਾ ਟਾਈਮ ਆਰਗੈਨਿਕ ਨਹੀਂ ਲੈ ਕੇ ਜਾਂਦਾ ਐਦਾਂ ਤਾਂ ਨਹੀਂ ਹੁੰਦਾ ਆਪਣੀ ਮਰਜ਼ੀ ਆਪਾਂ ਆਪਣੀ ਮਰਜ਼ੀ ਨਾਲ ਚੱਕਦੇ ਆਂ ਦੂਜਾ ਚੱਕਣਾ ਦੂਜਾ ਚੱਕੋ ਆਰਗੈਨਿਕ ਚੱਕਣਾ ਆਰਗੈਨਿਕ ਚੱਕੋ ਉਹ ਸਿਰਫ ਇਹ ਚੀਜ਼ ਕਹਿ ਰਹੇ ਨੇ ਕਿ ਬਾਈ ਇਹਦੇ ਆ ਬੈਨੀਫਿਟ ਨੇ ਆ ਮਿਲਕ ਆਰਗੈਨਿਕ ਆ ਇਹਦੇ ਆ ਬੈਨੀਫਿਟ ਨੇ ਥੋੜੀ ਮਰਜ਼ੀ ਆ ਹੁਣ ਤੁਸੀਂ ਕਿਹੜਾ ਮਿਲਕ ਲੈਣਾ ਕੋਈ ਕਿਸੇ ਨੂੰ ਕੁਝ ਨਹੀਂ ਕਹਿ ਸਕਦਾ ਹੁਣ ਗੂਚੀ ਦੇ ਕੱਪੜੇ ਤੁਸੀਂ ਪਾਉਣੇ ਤੁਸੀਂ ਖੁਦ ਜਾ ਕੇ ਲੈ ਕੇ ਆਉਨੇ ਹੋ ਉਹ ਤਾਂ ਨਹੀਂ ਕਹਿੰਦੇ ਵੀ ਆਪਣੀ ਯਾਰ ਤੁਹਾਡੀ ਤੁਸੀਂ ਆਪਣੀਆਂ ਮਨਾਈਆਂ ਨਾ ਪਾਓ ਸੋ ਆਪਾਂ ਆਪਣੀ ਮਰਜ਼ੀ ਨਾਲ ਜੋ ਮਰਜ਼ੀ ਚੀਜ਼ ਪਾ ਸਕਦੇ ਆ ਮੈਂ ਤੁਹਾਨੂੰ ਅੱਗੇ ਵੀ ਕਹਿੰਦਾ ਆ ਰਿਹਾ ਕਿ ਆਪਣਾ ਜੌਨ ਤੇ ਵੀ ਆਪਾਂ ਵੀਡੀਓ ਪਾਈ ਸੀ ਕਿ ਜੌਨ ਕਹਿੰਦਾ ਸੀ ਪਲਾਂਟ ਬੇਸਟ ਸਾਰੀ ਦੁਨੀਆ ਹੋ ਰਹੀ ਆ ਕਿ ਪਲਾਂਟ ਬੇਸਟ ਨਾਲ weight ਘਟ ਸਕਦਾ ਕੋਈ ਚੱਕਰ ਨਹੀਂ ਕਿਉਂਕਿ ਉੱਥੇ ਗੇਨ ਦੀ ਗੱਲ ਨਹੀਂ ਆਉਂਦੀ ਪਰ ਜੇ ਮਸਲ ਗੇਨ ਕਰਨੇ ਨੇ ਤਾਂ ਹੈਵ ਟੂ ਮੈਂ ਉਦੋਂ ਵੀ ਕਿਹਾ ਸੀ ਕਿ ਮਿਲਕ ਜ਼ਰੂਰੀ ਆ ਮਿਲਕ ਦੇ ਪ੍ਰੋਡਕਟ ਜ਼ਰੂਰੀ ਨੇ ਕਿਉਂਕਿ ਜੇ ਹੁਣ ਆਪਾਂ ਪਿਓਰ ਵੇਜੀਟੇਰਨ ਆ ਤਾਂ ਫਿਰ ਇੱਕ ਡੈਰੀਏ ਆ ਫਿਰ ਆਪਣੇ ਕੋਲ ਬੇ ਪ੍ਰੋਟੀਨ ਆ ਆਪਣੇ ਕੋਲ ਪਨੀਰ ਸ ਜਾਂ ਫਿਰ ਐਗੀ ਟੇਨ ਨੂੰ ਚਾਹੋ ਫਿਰ ਤਾਂ ਅੰਡੇ ਵੀ ਐਡ ਹੋ ਜਾਂਦੇ ਨੇ ਜਿਵੇਂ ਮੈਂ ਐਗੀ ਟੇਨ ਨਾ ਜੇ ਤੁਸੀਂ ਪਿਓਰ ਵੇਜੀਟੇਨ ਹੋ ਸਭ ਤੋਂ ਤਕੜਾ ਹੁਣ ਤੁਹਾਡੇ ਕੋਲ ਫੂਡ ਪਨੀਰ ਜਿਹਦੇ ਵਿੱਚੋਂ ਤੁਹਾਨੂੰ ਸਾਰੇ ਮੀਨੋ ਕੰਪਲੀਟ ਮੀਨੋ ਆਉਣੇ ਨੇ ਜੇ ਪਨੀਰ ਗ੍ਰਾਸ ਫੀਡ ਆ ਤਾਂ ਸੇਮ ਚੀਜ਼ ਹੈ ਜਿਵੇਂ ਮੈਂ ਕਿਹਾ ਸੀ ਕਿ ਜਿਹੜੀਆਂ ਗਾਇਆਂ ਉਹ ਤੋਂ ਤਤ ਖਾਂਦੀਆਂ ਨੇ ਗ੍ਰਾਸ ਫੀਡ ਫੈਟ ਸੀਐਲਏ ਫੈਟ ਉਹ ਸਾਰੀ ਨਿਊਟ੍ਰੀਸ਼ਨ ਤੁਹਾਡੇ ਅੰਦਰ ਆ ਰਹੀ ਆ ਗਾਹਦੇ ਮਿਲਕ ਤੋਂ ਜਾਂ ਫਿਰ ਮਹਸਾ ਦਾ ਮਿਲਕ ਤੋਂ ਜੋ ਵੀ ਤੁਸੀਂ ਖਾਣੇ ਹੋ ਮਤਲਬ ਜਿੰਨਾ ਜ਼ਿਆਦਾ ਉਹ ਘਾਹ ਚਾਰਨਗੇ ਹੈਲਦੀ ਖਾਣਗੇ ਆ ਉਹਨਾਂ ਦੇ ਦੁੱਧ ਦੇ ਪ੍ਰੋਡਕਟਾਂ ਚੋਂ ਆਪਾਂ ਨੂੰ ਨਿਊਟ੍ਰੀਸ਼ਨ ਮਿਲੂਗੀ ਕਿਉਂਕਿ ਕਈ ਵਾਰ ਇਹ ਹੁੰਦਾ ਨਾ ਵੀ ਆਪਾਂ ਨੂੰ ਕਈ ਵਾਰ ਮਿਸ ਅੰਡਰਸਟੈਂਡਿੰਗ ਹੋ ਜਾਂਦੀ ਆ ਪਰ ਹੁਣ ਜਿਹੜੇ ਤੁਸੀਂ ਮੇਰੇ ਇੱਥੇ YouTube ਤੇ ਸਾਰੇ ਮੇਰੇ ਵੀਰ ਸਬਸਕ੍ਰਾਈਬਰ ਹੋ ਜਾਂ ਫਿਰ Instagram ਤੇ ਫਾਲੋਅਰ ਹੋ ਦੇਖੋ ਤੁਸੀਂ ਕੋਈ ਵੀ ਚੀਜ਼ ਕਹਿੰਦੇ ਹੋ ਥੋੜੀ ਚੀਜ਼ ਆਪਾਂ ਲਾਈਕ ਕਰਨੀ ਆ ਪਤਾ ਕਿਉਂਕਿ ਉਹ ਤੁਸੀ ਪਿਆਰ ਕਰਦੇ ਹੋ ਹੁਣ ਮੈਂ ਤੁਹਾਨੂੰ ਦੱਸਦਾ ਅਸੀਂ ਆਪਣੇ ਪਾਪਾ ਨੂੰ ਉਸਤਾਦ ਕਹਿੰਨੇ ਆ ਉਸਤਾਦ ਦੀ ਗੱਲ ਦਦਨਾ ਉਹ ਬੜ ਤੋਂ ਪਨੇਉਂਦੇ ਨੇ ਅੱਗੇ ਕਾਫੀ ਸ਼ੌਂਕ ਸੀਗਾ ਹੁਣ ਘਟਿਆ ਹੋਇਆ ਜਿਹੜੇ ਜੇਤੂ ਬੌਲਦ ਨੇ ਦੜਾਕ ਬੌਲਦ ਉਹਨਾਂ ਦੇ ਰੱਖੇ ਹੋਏ ਨੇ ਅੱਗੇ ਇੱਕ ਬੌਲਦ ਨੇ ਉਹਨਾਂ ਦੇ ਅਸੀਂ ਪਿੱਛੇ ਜੀ ਰੰਗੜ ਲੱਗੇ ਉਹਨਾਂ ਨੇ ਬੌਲਦ ਨੇ ਇਦਾਂ ਲੱਤ ਮਾਰੀ ਉਹਨਾਂ ਦੀ ਲੱਤ ਦੇ ਲੱਗਣੀ ਸੀ ਬਹੁਤ ਜੋਰ ਨਾਲ ਬੱਜ ਗਏ ਮੈਂ ਮੈਂ ਉਸਤਾਦ ਜੀ ਨੂੰ ਕਿਹਾ ਮੇਰੇ ਯਾਰ ਉਸਤਾਦ ਜੀ ਤਾਂ ਲੱਤਾਂ ਮਾਰਦਾ ਬੌਲਦ ਮੈਂ ਕਿਹਾ ਮੇਰੇ ਯਾਰ ਇਹਨੂੰ ਮੈਂ ਕਿਹਾ ਗਲਤ ਗੱਲ ਹੈ ਇਹਦੀ ਗਲਤ ਆਦਤ ਹੈ ਲੱਤਾਂ ਮਾਰਦਾ ਤੇ ਮੈਨੂੰ ਉਸਤਾਦ ਨੇ ਪਤਾ ਕੀ ਕਿਹਾ ਮੁੜ ਕੇ ਉਸਤਾਦ ਜੀ ਕਹਿੰ ਇਹਦਾ ਉਹ ਗੁਣ ਬਹੁਤ ਜ਼ਿਆਦੇ ਆ ਫਿਰ ਜੇ ਲੱਤ ਵੀ ਮਾਰ ਲਵੇ ਤਾਂ ਵੀ ਕੁਛ ਨਹੀਂ ਹੁਣ ਦੇ ਭੱਜਣਾ ਵੀ ਨਹੀਂ ਨੰਬਰ ਵੀ ਨਹੀਂ ਪਹਿਲਾਂ ਕਰਨਾ ਲੱਤਾਂ ਵੀ ਮਾਰਨੀਆਂ ਨੇ ਫੇਰ ਨੁਕਸਾਨ ਹੁੰਦਾ ਫੇਰ ਆਹ ਪੌਂਚੀ ਜਿਹਾ ਵੈਡ ਕਰੀ ਦੀ ਤੁਸੀਂ ਪਿਆਰ ਕਰਦੇ ਹੋ ਤੁਸੀਂ ਕੱਲ ਨੂੰ ਕੋਈ ਕਮੈਂਟ ਕਰੇਂਗੇ ਹੋ ਤੁਹਾਡੀ ਲੱਤ ਦਾ ਆਪਾਂ ਗੁੱਸਾ ਨਹੀਂ ਕਰਨਾ ਕਿਉਂਕਿ ਕਿਉਂਕਿ ਹੋ ਸਕਦਾ ਕਿ ਤੁਹਾਨੂੰ ਕੋਈ ਕਨਫਿਊਜ਼ਨ ਹੋ ਗਈ ਹੋਵੇ ਤਾਂ ਹੀ ਮੈਂ ਇੱਥੇ ਵੀਡੀਓ ਬਣਾਇਆ ਕਿਉਂਕਿ ਇੰਸਟਾਗ੍ਰam ਦੇ ਮਾੜੀ-ਮੁੱਟੀ ਰੀਲ ਪਾ ਦਿੰਦੇ ਆ ਉਹਦੇ ਅੱਧੀ-ਪੁਜੱਦੀ ਇਨਫੋਰਮੇਸ਼ਨ ਜੀ ਮਿਲਦੀ ਆ ਸਾਰੀ ਵੀਡੀਓ ਹੁੰਦੀ ਨਹੀਂ ਅਸਲ ਦੇ ਵਿੱਚ ਆਪਾਂ ਫੁੱਲ ਦੇਖਦੇ ਨਹੀਂ ਹੈਗੇ ਕਿ ਵਿੱਚੋਂ ਡੀਪ ਗੱਲਾਂ ਕੀ ਨੇ ਕਿਉਂਕਿ ਇੱਕ ਇਨਫੋਰਮੇਸ਼ਨ ਜਿਹੜੀ ਤੁਸੀਂ ਪੁਰਾਣੀ ਦੱਸਦੇ ਆ ਰਹੇ ਹੋ ਉਹਦੇ ਤੇ ਦੂਜੀ ਤੇ ਆਉਣਾ ਤੁਸੀਂ ਉੱਥੇ ਇਮਾਨਦਾਰੀ ਨਾਲ ਆ ਸਕਦੇ ਹੋ ਮੈਂ ਵੀ 6 ਮੀਲਾਂ ਫੋਲੋ ਕਰਦਾ ਸੀ ਐਡਾ ਇੱਕ 6 ਮੀਲਾਂ ਦਾ ਬਹੁਤ ਤਕੜਾ ਉੱਥੇ ਸਟਰੋਂਗ ਬੇਸ ਬਣਿਆ ਸੀ ਦੁਨੀਆ ਤੇ 6 ਮੀਲਾਂ ਆ ਹੁੰਦਾ ਉਹ ਮੈਂ ਤੁਹਾਨੂੰ ਗੱਲ ਦੱਸਣ ਲੱਗੀ ਨਵੇਂ-ਨਵੇਂ ਜਦੋਂ ਆਈ ਸਾਰੇ ਵੀਰਾਂ ਨੇ ਕਿਹਾ ਇਹ ਬਾਈ ਕੀ ਲੈ ਕੇ ਆ ਗਿਆ ਯਾਰ ਇਹ ਕੀ ਸੀ ਮੈਨੂੰ ਪਤਾ ਸੀਗਾ ਕਿ ਆਉਣ ਵਾਲੇ ਟਾਈਮ ਦੇ ਵਿੱਚ ਤੁਸੀਂ ਉਹ ਗੱਲ ਸਮਝਾਂਗੇ ਉਹ ਤੁਸੀਂ ਉਹ ਗੱਲ ਆਪਣੇ ਤੇ ਅਪਲਾਈ ਕਰੀ ਹੁਣ ਹੁਣ ਸਾਰੇ ਪਾਸੇ ਆਯੁਰਵੇਦਾ ਹੋ ਗਿਆ ਯੂਐਸਏ ਹੋ ਗਿਆ ਸਾਰੇ ਪਾਸੇ ਇੰਟਰਮੀਟਿੰਗ ਫਾਸਟਿੰਗ ਮਸ਼ਹੂਰ ਆ ਕਿਉਂਕਿ ਜਿਹੜੀਆਂ ਛੇ ਮਹੀਨਿਆਂ ਲਈ ਇਨਫੋਰਮੇਸ਼ਨ ਮੈਂ 10-15 ਸਾਲ ਦਾ ਫਾਲੋ ਕਰਦਾ ਆ ਰਿਆ ਸੀ ਉਹਦੇ ਬਾਰੇ ਦੱਸਦਾ ਆ ਰਿਆ ਸੀ ਉੱਥੋਂ ਇੰਟਰਮੀਟਿੰਗ ਫਾਸਟਿੰਗ ਤੇ ਆਉਣਾ ਮੈਂ ਕਿਸੇ ਗੱਲ ਕਰਕੇ ਆਇਆ ਸੀ ਤੇ ਹੁਣ ਅੱਜ ਸਾਰੇ ਕਹਿੰਦੇ ਨੇ ਕਿ ਫਾਸਟਿੰਗ ਟੌਪ ਆ ਸੋ ਮੈਂ ਪਿਛਲੀ ਕੋਈ ਇਨਫੋਰਮੇਸ਼ਨ ਫਾਲੋ ਕਰਦਾ ਕਰਦਾ ਮੈਂ ਸਟੱਡੀ ਕਰਦਾ ਕਰਦਾ ਜੋ ਮੈਨੂੰ ਚੀਜ਼ਾਂ ਪਤਾ ਲੱਗਦੀਆਂ ਨੇ ਕਿ ਆਹ ਮੇਰੇ ਲਈ ਨਹੀਂ ਕਰਨੇ ਚਾਹੀਦੇ ਉਹ ਮੈਂ ਤੁਹਾਨੂੰ ਦੱਸ ਦਿੰਨਾ ਤੇ ਹੁਣ ਜਿਵੇਂ ਮੈਂ ਕਿਹਾ ਕਿ ਹੁਣ ਵੀ ਜ਼ਰੂਰੀ ਨਹੀਂ ਕਿ ਯਾਰ ਹੁਣ ਜੇ ਸਾਰੇ ਹੀ ਬੰਦੇ ਨੇ ਤਾਂ ਫਾਸਟਿੰਗ ਹੀ ਕਰਦੇ ਨੇ 6 ਮੀਲਾਂ ਵਾਲੇ ਵੀ ਸਰੀਰ ਵਧੀਆ ਬਣਾਈ ਫਿਰਦੇ ਨੇ ਪਰ ਜਿਨ੍ਹਾਂ ਨੂੰ ਜਿਹੜੇ ਬੈਨੀਫਿਟ ਲੱਗਣ ਜਾਂ ਜਿਨ੍ਹਾਂ ਨੂੰ ਜਿਹੜੀ ਚੀਜ਼ ਵਧੀਆ ਲੱਗਦੀ ਉਹ ਫਾਲੋ ਕਰਦੇ ਨੇ ਸਾਰਿਆਂ ਕੋਲ ਸਾਰਿਆਂ ਕੋਲ ਆਪਣੀ ਮਨਮਰਜ਼ੀ ਕਰਨ ਦਾ ਹੱਕ ਆ ਆਪਾਂ ਦੇ ਸਾਰੇ ਕੱਪੜਿਆਂ ਨੂੰ ਆਪਾਂ ਕਿਸੇ ਦੇ ਕਿਸੇ ਵੀ ਚੀਜ਼ ਨੂੰ ਕਮੈਂਟ ਨਹੀਂ ਕਰ ਸਕਦੇ ਪਰ ਗੱਲ ਇਹ ਆ ਆਪਾਂ ਸਿਰਫ ਫਿਟਨੈਸ ਦੇ ਰਿਲੇਟਡ ਆਪਾਂ ਸਿਰਫ ਹੈਲਥ ਦੇ ਰਿਲੇਟਡ ਮਸਲ ਗੇਨ ਫੈਟ ਲੋਸ ਦੇ ਰਿਲੇਟਡ ਆਪਾਂ ਤੁਹਾਨੂੰ ਗੱਲਾਂ ਦੱਸਦੇ ਆ ਕੀ ਬਾਡੀ ਕਿਦਾਂ ਰੋਲ ਪਲੇ ਕਰਦੀ ਆ ਨਾ ਕਿ ਨੈਚੁਰਲ ਚੀਜ਼ਾਂ ਜ਼ਿਆਦਾ ਆਪਾਂ ਕਰਨੀਆਂ ਨੇ ਉਹ ਸਾਰੀਆਂ ਗੱਲਾਂ ਆਪਾਂ ਕਰਦੇ ਰਹਨੇ ਆ ਹੁਣ ਇਹੀ ਸੀਗਾ ਕਿ ਕਿਉਂਕਿ ਕਈ ਵੀਰਾਂ ਨੂੰ ਨਾ ਪਤਾ ਨਹੀਂ ਲੱਗਦਾ ਬੇਗੰਤ ਤੇ ਪਿਓਰ ਵੈਜੀਟੇਰੀਅਨ ਦੇ ਵਿੱਚ ਫਰਕ ਨਹੀਂ ਸਮਝਦੇ ਕਿਉਂਕਿ ਆਪਣਾ ਸਿਸਟਮ ਦੇਖੋ ਹੋਰ ਆ ਹੁਣ ਮੈਂ ਤੁਹਾਨੂੰ ਸਾਤਵਿਕ ਫੂਡ ਬਾਰੇ ਦੱਸਿਆ ਸੀ ਸੋ ਹੁਣ ਮੈਂ ਪੂਰਾ ਸਾਤਵਿਕ ਵੀ ਨਹੀਂ ਖਾਂਦਾ ਕਿਉਂਕਿ ਉਹ ਗ੍ਰੇਨ ਜ਼ਿਆਦਾ ਖਾਂਦੇ ਨੇ ਓਰਸ ਹੋਗੇ ਬ੍ਰਾਊਨ ਰਾਈਸ ਹੁਣ ਮੈਨੂੰ ਉਹ ਚੀਜ਼ਾਂ ਖਰਾਬ ਕਰਦੀਆਂ ਨੇ ਮੈਂ ਓਰਸ ਵੀ ਮੈਂ ਜ਼ਿਆਦਾ ਨਹੀਂ ਮੇਰੇ ਮੇਰੇ ਪਾਚਦੇ ਮੇਰੇ ਬ੍ਰਾਊਨ ਰਾਈਸ ਵੀ ਨਹੀਂ ਪਾਚਦੇ ਮ ਕਹਿਣ ਦਾ ਮਤਲਬ ਉਹ ਕਿ ਇੱਕੇ ਚੀਜ਼ ਨਹੀਂ ਆਪਾਂ ਫਾਲੋ ਕਰਨੀ ਹੈਗੀ ਕਿ ਹਾਂ ਜੀ ਕਿਸੇ ਨੇ ਕਹੇ ਤਾਂ ਉਹੀ ਫਾਲੋ ਕਰੋ ਜੀ ਆਹ ਚੀਜ਼ ਆ ਕਹਿੰਦੀ ਆ ਕਾਰਨੀ ਬੋਨ ਵਾਲੇ ਕਹਿੰਦੇ ਨੇ ਆ ਖਾਓ ਕੀਟੋਲੇ ਕਹਿੰਦੇ ਨੇ ਕੀਟੋ ਕਰੋ ਠੀਕ ਹੈ ਸੋ ਆਪਾਂ ਕਰਨੀ ਆ ਜੋ ਆਪਣੇ ਲਈ ਬੈਸਟ ਆ ਕੀ ਹਾਂ ਯਾਰ ਅਸੀਂ ਉਹ ਚੀਜ਼ਾਂ ਖਾ ਸਕਦੇ ਆ ਜਿਹੜੀਆਂ ਸਾਡੀ ਬਾਡੀ ਲਈ ਕੰਫਰਟੇਬਲ ਨੇ ਅਗੇਨ ਰਿਮਾਈਂਡ ਤੇ ਇਹੀ ਗੱਲ ਕਹੂੰਗਾ ਕਿ ਕਿਸੇ ਲਈ ਕੋਈ ਉਹ ਨਹੀਂ ਹੈਗਾ ਕਿ ਆ ਕਰੋ ਆ ਕਰੋ ਮੈਂ ਜਸਟ ਓਪਲੀ ਤੁਹਾਨੂੰ ਦੱਸਣਾ ਸੀ ਕੀ ਹੁਣ ਮੈਂ ਕਿਹੜੀ ਡਾਈਟ ਫਾਲੋ ਕਰ ਰਿਹਾ ਹਾਂ ਪਰ ਜਿਹੜੀ ਵੀਰਾਂ ਨੂੰ ਵੀਗਨ ਤੇ ਪਿਓਰ ਵੈਜੀਟੇਰੀਅਨ ਵਿੱਚ ਮਿਸ ਅੰਡਰਸਟੈਂਡਿੰਗ ਸੀ ਉਹਦੇ ਵਿੱਚ ਇਹੀ ਆ ਕਿ ਵੀਗਨ ਮੈਂ ਪ੍ਰੇਫਰ ਨਹੀਂ ਕਰਦਾ ਮੈਂ ਆਲਵੇਜ ਕਹਿੰਦਾ ਰਹਿਣਾ ਕਿ ਗਰਾਸ ਫੀਡ ਮਿਲਕ ਦੇ ਪ੍ਰੋਡਕਟ ਖਾ ਲੋ ਚਾਹੇ ਉਹਨਾਂ ਤੋਂ ਬੇ ਬਣਦਾ ਦਹੀਂ ਬਣਦਾ ਘਿਓ ਬਣਦਾ ਹੁਣ ਘਿਓ ਆ ਗਰਾਸ ਫੀਡ ਘਿਓ ਟੌਪ ਤੇ ਅੱਜ ਗੱਲ ਕਹਿੰਦੇ ਨੇ ਵਿਟਾਮਿਨ ਡੀ, ਈ, ਐਂਟੀਆਕਸੀਡੈਂਟ, ਵਿਟਾਮਿਨ ਏ ਸਾਰੀਆਂ ਚੀਜ਼ਾਂ ਮਿਲਦੀਆਂ ਨੇ ਜੋ ਆਪਾਂ ਪਹਿਲਾਂ ਗੱਲਾਂ ਕਰਦੇ ਰਹਿੰਦੇ ਆ ਤੇ ਬਾਕੀ ਹੁਣ ਉਹ ਥੋੜੀ ਪ੍ਰੇਫਰੈਂਸ ਆ ਤੁਸੀਂ ਨਾਨ ਵੈਜ ਫੂਡ ਖਾਣਾ ਪਿਓਰ ਬੈਜੀਟ ਇਨ ਖਾਣਾ ਤੁਸੀਂ ਐਗੀ ਟੈਨ ਖਾਣਾ ਜਾਂ ਕਈ ਬੰਦੇ ਵੀਗਨ ਵੀ ਨੇ ਉਹ ਕਰ ਸਕਦੇ ਨੇ ਉਹਨਾਂ ਦੀ ਆਪਣੀ ਲਾਈਫ ਆ ਆਪਣਾ ਕੰਮ ਇਨਫੋਰਮੇਸ਼ਨ ਦੇਣਾ ਕਿਸੇ ਨੂੰ ਕਿਸੇ ਚੀਜ਼ ਦੇ ਉਹਦੇ ਖਿਲਾਫ ਗੱਲ ਕਰਨੀ ਕਿਉਂ ਯਾਰ ਉਹ ਮਾੜੇ ਨੇ ਉਹ ਆ ਕਰਦੇ ਨੇ ਉਹ ਮਾੜੇ ਨੇ ਸਾਰੇ ਆਪਣੀ ਆਪਣੀ ਤੋਂ ਸਹੀ ਨੇ ਸਾਰੇ ਬੰਦੇ ਨੇ ਆਪਣੀ ਮੰਨ ਦੀ ਕਰਨੀ ਆ ਜਦੋਂ ਮੰਨਤੇ ਆਉਣਾ ਉਦੋਂ ਹੀ ਕਰਨੀ ਆ ਠੀਕ ਆ ਸੋ ਇਹੀ ਸੀ ਤੁਹਾਡੇ ਲਈ ਵੀਡੀਓ ਹੁਣ ਆਪਾਂ ਮਿਲਦੇ ਆ ਨੈਕਸਟ ਪੰਚ ਦਿਸ ਜੈਰੀ ਮਡੇਰ ਵਾਇਗਰੂ ਮੇਰ ਕਰੇ ਲਵ ਯੂ